ਹੈਲੋ ਸਟੂਡੈਂਟਸ ਤੁਹਾਡਾ ਆਪਣੇ ਚੈਨਲ ਟੀਚਿੰਗ ਕ੍ਰਸ਼ਤੇ ਸਵਾਗਤ ਹੈ ਤਾਂ ਬੱਚਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਈਟੀਟੀ 9994 ਦੇ ਜਿਹੜੇ ਬਹੁਤ ਸਾਰੇ ਕੇਸ ਲੱਗੇ ਹੋਏ ਨੇ ਪਰ ਸਾਡਾ ਇੱਕ ਕੇਸ ਹੈ ਜਿਸ ਤੇ ਔਰਲ ਸਟੇ ਜਿਹੜੀ ਲੱਗੀ ਹੋਈ ਹੈ ਉਹ ਸਾਡਾ ਕੇਸ ਜਿਹੜਾ 5% ਦੀ ਛੂਟ ਛੂਟ ਲਈ ਹੈ एससीबीसी ਕੈਟਾਗਰੀ ਦੇ ਲਈ ਤਾਂ ਕਿ ਉਹਨਾਂ ਨੂੰ ਪੇਪਰ A ਦੇ ਵਿੱਚ ਜਿਹੜਾ ਸਾਡਾ 50 50% ਜਿਹੜੇ ਮਾਰਕਸ ਲੈਣੇ ਜ਼ਰੂਰੀ ਸੀਗੇ ਉਹਨਾਂ ਦੇ ਵਿੱਚੋਂ ਉਹਨਾਂ ਨੇ ਰਿਲੈਕਸੇਸ਼ਨ ਮੰਗੀ ਹੈ ਕਿ ਉਹਨਾਂ ਨੂੰ 5% ਦੀ ਜਿਹੜੀ ਛੂਟ ਦਿੱਤੀ ਜਾਵੇ ਤਾਂ ਬੱਚਿਓ ਅੱਜ ਜਿਹੜਾ ਇਸ ਕੇਸ ਦੀ ਸੁਣਵਾਈ ਹੈ ਅੱਜ 12 ਅਕਤੂਬਰ 2023 ਹੈ ਤਾਂ ਇਸ ਦੀ ਜਿਹੜੀ ਅੱਜ ਸੁਣਵਾਈ ਹੈ ਇਹ ਇਹ ਕੋਡ ਨੰਬਰ 8 ਦੇ ਵਿੱਚ ਆਰਡੀਨਰੀ ਕੇਸ ਹੈ 253 ਨੰਬਰ ਕੇਸ ਹੈ ਤੇ ਸਾਡੇ ਹੌਨਰੇਬਲ ਜਸਟਿਸ ਨੇ ਦੀਪਕ ਸਿਮਲ ਤੇ ਮਿਸਿਸ ਜਸਟਿਸ ਸੁਖਵਿੰਦਰ ਗੌਰ ਨੇ ਤਾਂ ਜੋ ਵੀ ਇਸ ਕੇਸ ਸੰਬੰਧੀ ਅਪਡੇਟ ਆਂਦੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਵੇਗੀ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਵੋ ਤਾਂ ਕਿ ਇਹ ਵੀਡੀਓ ਸਾਰਿਆਂ ਤੱਕ ਜੜੀ ਪਹੁੰਚ ਸਕੇ ਤਾਂ ਬੱਚਿਓ ਜਿਹੜਾ ਸਾਡੇ ਇਸ ਕੇਸ ਨੂੰ ਸੋਲਵ ਕਰਵਾਉਣ ਦੇ ਲਈ ਹੈ ਇਸ ਇਸ ਤੇ ਜਿਹੜੀ ਔਰਲ ਸਟੇ ਲੱਗੀ ਉਸ ਨੂੰ ਤੜਵਾਉਣ ਦੇ ਲਈ ਹੈ ਜਿਹੜੀ ਸਾਡੀ ਯੂਨੀਅਨ ਵੱਲੋਂ ਇਹ ਧਰਨਾ ਲਿਖਿਆ ਗਿਆ ਹੈ ਤਾਂ ਕਿ ਜਿਹੜਾ ਸਾਡਾ ਕਿਸ ਕੇਸ ਦਾ ਜਿਹੜਾ ਹੱਲ ਹੋ ਸਕੇ ਤੇ ਸਾਡੀ ਜਿਹੜੀ ਭਰਤੀ ਆ ਉਹ ਕੰਪਲੀਟ ਹੋ ਸਕੇ ਤੇ ਬੱਚਿਓ ਤੁਸੀਂ ਇਸ ਧਰਨੇ ਦੇ ਵਿੱਚ ਯੂਨੀਅਨ ਦਾ ਵੱਧ ਤੋਂ ਵੱਧ ਸਾਥ ਦਿਵੋ ਤਾਂ ਬੱਚਿਓ 11 ਤਰੀਕ ਦਾ ਜਿਹੜਾ ਸਾਡਾ ਧਰਨਾ ਸੀ ਉਹ ਬਹੁਤ ਵਧੀਆ ਗਿਆ ਤਾਂ ਤੁਹਾਡਾ ਫਰਜ਼ ਮੰਨਦਾ ਹੈ ਕਿ ਇਹ ਸਿਰਫ ਧਰਨਾ ਇੱਕ ਦਿਨ ਦਾ ਨਹੀਂ ਹੈਗਾ ਬੱਚਿਓ ਇਹ ਧਰਨਾ ਜਿਹੜਾ ਸਾਡਾ ਸਾਡਾ ਜਿਹੜਾ ਉਦੋਂ ਤੱਕ ਚੱਲੂਗਾ ਜਦੋਂ ਤੱਕ ਸਾਡੀ ਜਿਹੜੀ ਜੁਆਇਨਿੰਗ ਨਹੀਂ ਹੁੰਦੀ ਸਕੂਲਾਂ ਦੇ ਵਿੱਚ ਉਦੋਂ ਤੱਕ ਇਹ ਧਰਨਾ ਚੱਲਣਾ ਹੈ ਤੇ ਬੱਚਿਓ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਤੁਹਾਡੇ ਸਾਥ ਤੋਂ ਬਿਨਾ ਜਿਹੜਾ ਇਹ ਕੰਮ ਹੈ ਜਿਹੜਾ ਕੰਪਲੀਟ ਨਹੀਂ ਹੋ ਸਕਦਾ ਇਸ ਕਰਕੇ ਤੁਸੀਂ ਇਸ ਧਰਨੇ 'ਚ ਵੱਧ ਤੋਂ ਵੱਧ ਜਿਹੜੇ ਬੱਚੇ ਉਹ ਪਹੁੰਚੋ ਵਿਦਿਆਰਥੀ ਪਹੁੰਚੋ ਤੇ ਜਿਹੜਾ ਇਸ ਧਰਨੇ ਨੂੰ ਸਕਸੈਸਫੁਲ ਬਣਾਓ ਤੇ ਆਪਣੀ ਜਿਹੜੀ ਜੁਆਇਨਿੰਗ ਲਓ Thank you student, thank you for watching my video.